ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਵੀਂ ਚੋਣ ਜਨਰਲ ਹਾਊਸ ਦੀ ਹੋਣੀ ਹੈ, ਜਿਹਦੇ ਬਾਬਤ ਲਾਸਟ ਈਅਰ ਵੋਟਾਂ ਬਣਾਉਣ ਦੀ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ, ਅਸੀਂ ਤਦ ਵੀ ਜਸਟਿਸ ਸਾਰੋਂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀਆਂ ਸ਼ਰਤਾਂ ਆ ਉਹ ਸ਼ਰਤਾਂ ਬਹੁਤ ਸਖਤ ਆ। ਇੱਕ ਤਾਂ ਉਹਦੇ ਨਾਲ ਆਈ ਡੀ ਲੱਗਦੀ ਸੀ, ਇੱਕ ਫੋਟੋ ਲੱਗਦੀ ਸੀ, ਇੱਕ 1-to-1 ਵੋਟਰ ਵਾਲੇ ਨੂੰ ਜਾ ਕੇ BLO ਨੂੰ ਮਿਲਣਾ ਪੈਂਦਾ ਸੀ। ਉਹਦਾ ਕਾਰਨ ਇਹ ਬਣਿਆ ਵੀ ਬਹੁਤ ਆਤ ਦੇ ਵਿੱਚ ਜਿਹੜੀਆਂ ਵੋਟਾਂ ਸੀ ਉਹ ਬਹੁਤ ਘੱਟ ਬਣੀਆਂ, ਔਰ ਘੱਟ ਹੁਣ ਵੀ 5-8 ਤੱਕ ਮੈਂ ਅੰਕੜੇ ਜਿਹੜੇ ਲਏ ਆ 30 ਲੱਖ ਜਿਹੜੀ ਆ ਉਹ ਵੋਟ ਬਣੀ ਆ। ਹੁਣ ਆ ਜਿਹੜਾ ਮੌਜੂਦਾ ਤੌਰ 'ਤੇ 16 ਸਪਟੰਬਰ ਡੇਟ ਫਿਕਸ ਕੀਤੀ ਗਈ ਆ, ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਕਿ ਜਿਹੜੀ ਸਿਆਸੀ ਧਿਰ ਇਸ ਵੇਲੇ ਮੌਕੇ 'ਤੇ ਪੰਜਾਬ ਸਰਕਾਰ ਦੇ ਵਿੱਚ ਰਾਜ ਕਰ ਰਹੀ ਆ, ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਇੱਕ ਕੌਰ ਅਤੇ ਸਿੰਘ ਦੀ ਵਿਧੀ ਲਾ ਕੇ ਧੜਾਧੜ ਉਹ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ। ਬਹੁਤ ਸਾਰੇ ਜ਼ਿਲ੍ਹਿਆਂ 'ਚੋਂ ਹਲਕਿਆਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਸੀ। ਸੋ ਅਸੀਂ ਹੁਣ ਜਸਟਿਸ ਸਾਰੋ ਸਾਹਿਬ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਇਸ ਪਰਿਭਾਸ਼ਾ 'ਚ ਆਉਂਦਾ ਉਹਨੂੰ ਹੀ ਵੋਟਰ ਬਣਾਇਆ ਜਾਵੇ। ਇੱਕ ਤਾਂ ਸ਼ਰਤ ਹੀ ਨਹੀਂ ਕੁਛ ਢਿੱਲੀ ਕੀਤੀ ਆ, ਹੁਣ ਵੀ ਜਿਹੜੀਆਂ ਬੀਬੀਆਂ ਆ ਉਹ ਜੀ ਕਰਦਾ ਫੋਟੋ ਲਾਉਣ, ਜੀ ਕਰਦਾ ਨਾ ਲਾਉਣ। ਸੋ ਅਸੀਂ ਸਮਝਦੇ ਸੀ ਵੀ ਇਸ ਆੜ ਤਹਿਤ ਇਹ ਜਿਹੜੀ ਅੱਜ ਸਰਕਾਰ ਆ ਇਹ ਇਸ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਵੋਟਾਂ ਜਿਹੜੀਆਂ ਬਣਨੀਆਂ ਚਾਹੀਦੀਆਂ ਉਹ ਨਹੀਂ ਬਣਾ ਰਹੇ, ਜਿਹੜੀਆਂ ਗੈਰ ਵਾਜਬ ਵੋਟਾਂ ਉਹ ਬਣਾ ਰਹੇ। ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰੋ ਸਾਹਿਬ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ ਅਤੇ ਉਹਨਾਂ ਨੇ ਪੇਸ਼ੈਂਸਲੀ ਸਾਨੂੰ ਸੁਣਿਆ ਵੀ ਆ। ਅਤੇ ਜਿਹੜਾ ਕਿਉਂਕਿ ਪੰਜਾਬ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਜਿਹੜੇ ਡਿਕਲੇਅਰ ਕੀਤੇ ਆ ਉਹ ਕਹਿੰਦੇ, ਮੈਂ ਉਹਨਾਂ ਨੂੰ ਹਦਾਇਤ ਵੀ ਕਰੂੰਗਾ ਕਿ ਜਿਹੜਾ ਸਿਸਟਮ ਪਹਿਲਾਂ ਚੱਲ ਰਿਹਾ ਉਹ ਸਿਸਟਮ ਅਨੁਸਾਰ ਹੀ ਜਿਹੜੀ ਆ ਇਹ ਵੋਟਰ ਦੀ ਪਰਿਭਾਸ਼ਾ ਮੁਤਾਬਕ ਫਾਰਮ ਭਰਵਾਇਆ ਜਾਵੇ। ਸੋ ਇਸ ਕਰਕੇ ਅੱਜ ਅਸੀਂ ਚੇਚੇ ਤੌਰ ਦੇ ਉੱਤੇ ਸਾਰੋ ਸਾਹਿਬ ਨੂੰ ਇੱਕ ਮੈਮੋਰੈਂਡਮ ਦੇ ਕੇ ਆਏ। ਕਵੀ ਸਾਹਿਬ, ਮੁਲਾਕਾਤ ਕੀਤੀ ਹੈ ਰਾਜੋਆਣਾ ਸਾਹਿਬ ਸਵੇਰੇ, ਤੁਸੀਂ ਅਤੇ ਕੀ ਚਰਚਾ ਖਾਸ ਕਰਕੇ? ਦੇਖੋ, ਭਾਈ ਬਲਵੰਤ ਸਿੰਘ ਰਾਜੋਆਣਾ ਉਹ ਲੰਮੇ ਸਮੇਂ ਤੋਂ ਦੱਸਦੇ ਸੀ, ਅੱਜ ਫਿਰ 30ਵਾਂ ਸਾਲ ਸ਼ੁਰੂ ਹੋ ਗਿਆ ਅਤੇ 18ਵਾਂ ਸਾਲ ਸ਼ੁਰੂ ਹੋ ਗਿਆ ਫਾਂਸੀ ਦੀਆਂ ਚੱਕੀਆਂ ਦੇ ਵਿੱਚ। ਅਤੇ ਉਹ ਕਿਉਂਕਿ ਉਪਚਾਰਕ ਤੌਰ 'ਤੇ ਸਾਡੀ ਅੱਜ ਫੈਮਿਲੀ ਕਹਿ ਲਈਏ ਮੀਟਿੰਗ ਸੀ, ਉਹਨਾਂ ਦਾ ਸੁਨੇਹਾ ਗਿਆ ਸੀ ਵੀ ਮਿਲਿਓ ਆ ਕੇ। ਸੋ ਮੈਂ ਅਤੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਰਦਾਰ ਭਗਵੰਤ ਸਿੰਘ ਸਿਆਲਕਾ, ਉਹ ਬੈਠ ਕੇ ਅਸੀਂ ਉਹਨਾਂ ਨਾਲ ਲੰਬਾ ਅਰਸਾ ਥੋੜ੍ਹੀ ਉਹਨਾਂ ਦੀ ਸਾਰੀ ਵਿਚਾਰਧਾਰਾ, ਉਹ ਵਿਚਾਰਧਾਰਾ ਕੀ ਆ ਉਹ ਵਿਚਾਰਧਾਰਾ ਅਸੀਂ ਬਹੁਤ ਵਾਰੀ ਪ੍ਰਗਟ ਕਰ ਚੁੱਕੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550ਵੇਂ ਵਰ੍ਹੇ ਦੇ ਉੱਤੇ, ਸ਼ਤਾਬਦੀ ਦੇ ਉੱਤੇ ਜਿਹੜਾ ਸੈਂਟਰ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਪੂਰਾ ਨਿਭਾਵੇ। ਅਤੇ ਉਹ ਪੂਰਾ ਨਿਭਾਉਣ ਦੀ ਬਜਾਏ ਹੁਣ ਜਿੱਦਾਂ ਆਪਾਂ ਕਈ ਵਾਰੀ ਕੁਸ਼ਤੀ ਦੇ ਪਟਕੇ ਦੀ ਕੁਸ਼ਤੀ ਦੇ ਉੱਤੇ ਆ ਕੇ ਚੱਕਰ ਕੱਢੀ ਦਾ, ਇਹ ਗੱਲਾਂ ਕੁਛ ਇੱਦਾਂ ਦੀਆਂ ਸੀਗੀਆਂ, ਬੈਠ ਕੇ ਉਹਨਾਂ ਨਾਲ ਸਾਰੀਆਂ ਅਸੀਂ ਡਿਸਕਸ ਕਰਕੇ ਆਏ ਹਾਂ। ਅਤੇ ਕੁਛ ਉਹਨਾਂ ਦੇ ਸਿਗਾ ਵੀ ਕੋਈ ਗਿਲੇ ਵੀ ਸੀਗੇ ਜਿਹੜੇ, ਉਹ ਵੀ ਸਾਰੇ ਸੁਣ ਕੇ ਆਏ। ਦੇਖੋ, ਅਸੀਂ ਆ ਸਿਆਲਕਾ ਸਾਹਿਬ ਮੇਰੇ ਨਾਲ ਖੜ੍ਹੇ ਆ, ਅਸੀਂ ਇਹਨਾਂ ਵੱਲੋਂ ਹੀ ਉਹ ਪਟੀਸ਼ਨ ਪਾਈ ਸੀ ਔਰ ਉਹ ਪਟੀਸ਼ਨ ਦੇ ਵਿੱਚ ਸਟੇ ਵੀ ਹੋ ਗਿਆ ਸੀ, ਪਰ ਹੁਣ 3-4 ਦਿਨ ਪਹਿਲਾਂ ਉਹ ਜਿਹੜੀ ਸਾਡੀ ਪਟੀਸ਼ਨ ਸੀ ਉਹ ਹਾਈਕੋਰਟ 'ਚੋਂ ਖਾਰਜ ਹੋ ਗਈ। ਅਤੇ ਸਾਨੂੰ ਇਹ ਪਤਾ ਹੀ ਸੀ
ਕੋਰਟ ਨੇ ਆਰਡਰ ਕੀਤਾ, ਓਨਰੇਬਲ ਹਾਈ ਕੋਰਟ ਨੇ, ਕਿ ਜਿਹੜੀ ਆਪਰੀਪਰੇਟ ਅਥਾਰਟੀ ਆ ਉਹ ਇਹਦਾ ਡਿਸੀਜਨ ਕਰੇ, ਅਤੇ ਉਹ ਸਾਨੂੰ ਪਤਾ ਸੀ ਵੀ ਉਹਨੂੰ ਡਿਸੀਜਨ ਕੀ ਕਰਨਾ, ਉਹਦਾ ਪਤਾ ਸੀ ਵੀ ਉਹਨੂੰ ਅਪਰੂਵਲ ਦੇਣੀ ਆ, ਆਹ ਹੁਣ 21 ਦਿਨਾਂ ਦੀ ਹੋਊਗੀ ਗਾਹਾਂ ਮੁੜ ਦਹਾਂ, 21 ਦਿਨਾਂ ਤੋਂ ਬਾਅਦ ਫੇਰ ਆਊਗੇ ਮੁੜ ਕੇ, ਪਿਛਲੀ ਵਾਰੀ 7 ਵਾਰੀ ਹੋਈ ਸੀ, ਹੁਣ ਸ਼ਾਇਦ ਉਹਨਾਂ ਨੂੰ ਖੁੱਲ੍ਹ ਮਿਲ ਗਏ ਤਾਂ 10 ਵਾਰੀ ਵੀ ਕਰ ਦੇਣਗੇ, ਤਾਂ ਸ਼ਾਇਦ ਅੰਦਰ ਹੀ ਨਾ ਭੇਜਣੇ ਵੀ ਹੋ ਸਕਦਾ। ਦੁਬਾਰਾ ਚੈਲੰਜ ਕਰੋਗੇ ਕੋਰਟ ਦੇ ਵਿੱਚ? ਦੇਖੋ ਉਹਦਾ ਉਹ ਮੁਲਾਂਕਣ ਕਰ ਰਹੇ ਹਾਂ ਜੇ ਬਣਦਾ ਹੋਇਆ, ਕਿਉਂਕਿ ਸੁਪਰੀਮ ਕੋਰਟ ਆ ਮੋਹਰੇ, ਉਹ ਸਾਡਾ ਇਸ ਪੁਆਇੰਟ 'ਤੇ ਖਾਰਜ ਹੋਇਆ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਕੰਸਰਨਡ ਧਿਰ ਨੇ, ਕਿਉਂਕਿ ਕੰਸਰਨਡ ਧਿਰ ਉਹਦੇ ਵਿੱਚ ਉਹ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਕੇਸਾਂ ਜਿਹਨਾਂ 'ਚ ਕਨਵਿਕਸ਼ਨ ਉਹ ਆ, ਸੋ ਇਹਨੂੰ ਮੁਲਾਂਕਣ ਕਰ ਰਹੇ ਹਾਂ, ਦੇਖਦੇ ਹਾਂ ਫਿਰ ਉਹਦਾ ਪਾਵਾਂਗੇ ਕੋਲ। ਠੀਕ ਹੈ, ਐਸ ਜੀ ਬੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਿੰਨ ਗੱਲਾਂ ਉਹਨਾਂ ਨੇ ਕਹੀਆਂ ਨੇ। ਪਹਿਲੀ ਗੱਲ ਕਿ ਉਹ ਜਸਟਿਸ ਸਾਰੋ ਨੂੰ ਆਪਣੀ ਰਿਕਮੈਂਡੇਸ਼ਨ ਦੇ ਕੇ ਆਏ ਨੇ, ਆਪਣੀਆਂ ਮੰਗਾਂ ਰੱਖ ਕੇ ਆਏ ਨੇ ਕਿ ਇਹ ਜਿਹੜੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਜੇ ਕੋਈ ਤਰੁੱਟੀਆਂ ਨੇ ਤਾਂ ਉਹਨਾਂ ਨੂੰ ਦਰੁਸਤ ਕੀਤਾ ਜਾਵੇ। ਦੂਸਰਾ, ਉਹਨਾਂ ਨੇ ਗੁਰਬੀਤ ਰਾਮ ਰਹੀਮ ਦਾ ਜ਼ਿਕਰ ਕੀਤਾ ਹੈ ਕਿ ਸਰਕਾਰ ਵੱਲੋਂ ਪੈਰੋਲ ਦਿੱਤੀ ਗਈ ਹੈ ਪਰ ਇਹ ਗਲਤ ਹੈ ਔਰ ਕਾਨੂੰਨ ਸਭ ਦੇ ਲਈ ਬਰਾਬਰ ਹੋਣਾ ਚਾਹੀਦਾ। ਤੀਸਰਾ, ਉਹਨਾਂ ਨੇ ਕਿਹਾ ਕਿ ਅਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਮਿਲ ਕੇ ਆਏ ਹਾਂ ਜੇਲ੍ਹ ਦੇ ਵਿੱਚ ਔਰ ਇਹ ਪਰਿਵਾਰਕ ਮੁਲਾਕਾਤ ਸੀ, ਪਰ ਉਹਨਾਂ ਨੂੰ ਅੱਜ 30 ਸਾਲ ਜੇਲ੍ਹ ਦੇ ਵਿੱਚ, ਜੇਲ੍ਹ ਦੀ ਚੱਕੀ ਦੇ ਵਿੱਚ, ਫਾਂਸੀ ਦੀ ਚੱਕੀ ਦੇ ਵਿੱਚ ਸ਼ੁਰੂ ਹੋ ਗਿਆ, ਸੋ ਉਹਨਾਂ ਨੂੰ ਵੀ ਜਿਹੜਾ ਹੈ ਰਿਹਾਅ ਕੀਤਾ ਜਾਣਾ ਚਾਹੀਦਾ। ਇਹ ਵੀ ਮੰਗ ਐਸ ਜੀ ਪੀ ਸੀ ਵੱਲੋਂ ਰੱਖੀ ਗਈ ਹੈ।